ਹਾਈ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬ ਐਗਜ਼ਾਮਸ YouTube ਚੈਨਲ ਦੇ ਵਿੱਚ ਸੋ ਅੱਜ ਜੀ ਆਪਾਂ ਗੱਲ ਕਰਨ ਜਾ ਰਹੇ ਹਾਂ ਮੁਹਾਵਰਿਆਂ ਦੀ ਤੇ ਅੱਜ ਆਪਾਂ ਕਰਾਂਗੇ ਇਹਦੀ ਪੰਜਵੀਂ ਸੀਰੀਜ਼ ਸੋ ਇਹਦੇ ਵਿੱਚ ਆਪਾਂ ਹਾਹੇ ਤੋਂ ਜਿੰਨੇ ਵੀ ਮੁਹਾਵਰੇ ਸ਼ੁਰੂ ਹੁੰਦੇ ਨੇ ਉਹ ਕਰਨ ਜਾ ਰਹੇ ਹਾਂ ਤੇ ਇਸ ਤੋਂ ਪਹਿਲਾਂ ਆਪਾਂ ਊੜਾ ਐੜਾ ਈੜੀ ਸਸਾਏ ਮੁਹਾਵਰੇ ਕਰ ਚੁੱਕੇ ਹਾਂ ਤੇ ਮੁਹਾਵਰੇ ਵਾਲੀ ਵੀਡੀਓ ਦੇਖੋ ਜੀ ਮੈਂ 8 ਜਾਂ 9 ਮਿੰਟ ਦੀ ਹਾਰਡਲੀ ਵੀਡੀਓ ਹੁੰਦੀ ਹੈ ਕੋਈ ਕੋਈ ਵੀਡੀਓ ਹੁੰਦੀ ਹੈ ਵੀ 10 11 ਮਿੰਟ ਲੰਬੀ ਹੋ ਜਾਂਦੀ ਜਿਦੇ ਜਿਹੜੇ ਮੁਹਾਵਰੇ ਜ਼ਿਆਦਾ ਹੁੰਦੇ ਨੇ ਸੋ ਲਗਭਗ ਸਾਰੀਆਂ 15 ਮਿੰਟ ਤੋਂ ਘੱਟ ਹੀ ਹੁੰਦੀਆਂ ਨੇ ਵੀਡੀਓਜ਼ ਸੋ ਜ਼ਰੂਰ ਦੇਖਿਆ ਕਰੋ ਪੂਰੀ ਵੀਡੀਓ ਕਿਉਂਕਿ ਇਦੇ ਵਿੱਚ ਆਪਾਂ ਇੰਨੇ ਕੋ ਮਿੰਟ ਦੇ ਵਿੱਚ ਹੀ ਕਾਫੀ ਸਾਰੇ 70 80 ਮੁਹਾਵਰੇ ਕਰ ਲੈਨੇ ਆ ਸੋ ਕਾਫੀ ਯੂਸਫੁਲ ਹੈ ਅਗਰ ਤੁਸੀਂ ਇਹਨੂੰ ਪੂਰਾ ਦੇਖੋਗੇ ਰੀਸੈਂਟਲੀ ਜਿਹੜਾ ਆਪਣਾ ਐਤਵਾਰ ਨੂੰ ਪਟਵਾਰੀ ਵਾਲਾ ਦੂਸਰਾ ਐਗਜ਼ਾਮ ਹੋਇਆ ਤਾਂ ਆਪਾਂ ਦੋ ਕੁ ਦਿਨ ਪਹਿਲਾਂ ਹੀ ਉਹਦੇ ਵਿੱਚ ਊੜੇ ਦੇ ਮਹਾਵਰਾ ਕੀਤਾ ਸੀ ਉਸਲਵਟੇ ਭੰਣੇ ਦਾ ਜੀ ਉਹਦੇ ਵਿੱਚ ਉਸੇ ਮੋਹੀ ਕੁਐਸਚਨ ਪੁੱਛਿਆ ਗਿਆ ਸੀ ਸੋ ਅਗਰ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਦੇ ਹੋ ਤਾਂ ਤੁਹਾਨੂੰ ਜੋ ਹੈ ਜ਼ਰੂਰ ਆਈ ਹੋਪ ਕਿਸੇ ਨਾ ਕਿਸੇ ਐਗਜ਼ਾਮ ਦੇ ਵਿੱਚ ਹੈਲਪ ਮਿਲੂਗੀ ਤੇ ਕੁਐਸਚਨ ਵੀ ਜ਼ਰੂਰ ਦੇਖਣ ਨੂੰ ਮਿਲਣਗੇ ਸੋ ਜੇ ਤੁਸੀਂ ਪਹਿਲਾਂ ਵਾਲੀਆਂ ਵੀਡੀਓਜ਼ ਨਹੀਂ ਦੇਖੀਆਂ ਤਾਂ ਪਲੇਲਿਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਸੋ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਉਹ ਸਭ ਤੋਂ ਪਹਿਲਾ ਮੁਹਾਵਰਾ ਹੈ ਜੀ ਇਹਦੇ ਵਿੱਚ ਹਜਾਮਤ ਕਰਨਾ ਤਾਂ ਇਹਦਾ ਮਤਲਬ ਹੁੰਦਾ ਕਿਸੇ ਨੂੰ ਠੱਗਣਾ ਹਜਾਮਤ ਤੋਂ ਭਾਵ ਹੁੰਦਾ ਵਾਲ ਕਟਾਈ ਵੈਸੇ ਤਾਂ ਸੋ ਇਹਨੂੰ ਅਗਰ ਆਪਾਂ ਮੁਹਾਵਰੇ ਦੇ ਤੌਰ ਤੇ ਦੇਖੀਏ ਤਾਂ ਜਿਹਦਾ ਭਾਵ ਠੱਗਣਾ ਹੁੰਦਾ ਹੈ ਨੈਕਸਟ ਹੈ ਜੀ ਹੱਡ ਭੰਣਨੇ ਹੱਡ ਭੰਨਣ ਦਾ ਭਾਵ ਹੁੰਦਾ ਮਿਹਨਤ ਕਰਨੀ ਨੈਕਸਟ ਹੈ ਜੀ ਹੱਥ ਪੀਲੇ ਕਰਨੇ ਇਹਦਾ ਭਾਵ ਹੁੰਦਾ ਵਿਆਹ ਕਰਨਾ ਅਗਲਾ ਹੈ ਜੀ ਹੱਥਾਂ ਪੈਰਾਂ ਦੀ ਪੈ ਜਾਣੀ ਇਹਦਾ ਮਤਲਬ ਹੁੰਦਾ ਘਬਰਾ ਜਾਣਾ ਨੈਕਸਟ ਹੈ ਜੀ ਹੱਥ ਲਾਇਆ ਮੈਲਾ ਹੋਣਾ ਇਹਦਾ ਮਤਲਬ ਹੁੰਦਾ ਬਹੁਤ ਸੁੰਦਰ ਹੋਣਾ ਬਹੁਤ ਚਨਖਾ ਹੋਣਾ ਅਗਲਾ ਹੈ ਜੀ ਹੱਥ ਤੇ ਹੱਥ ਧਰ ਕੇ ਬਹਿਣਾ ਇਹਦਾ ਭਾਵ ਹੁੰਦਾ ਵਿਹਲੇ ਰਹਿਣਾ ਕੋਈ ਕੰਮ ਨਾ ਕਰਨਾ ਤੇ ਨੈਕਸਟ ਹੈ ਜੀ ਹੱਥ ਤੰਗ ਹੋਣਾ ਇਹਦਾ ਭਾਵ ਹੁੰਦਾ ਹੈ ਗਰੀਬੀ ਆਉਣੀ ਹੱਥ ਤੇ ਹੱਥ ਧਰ ਕੇ ਬੈਣਾ ਦਾ ਇੱਕ ਮੁਹਾਵਰਾ ਹੋਰ ਵੀ ਬਣਦਾ ਹੈ ਕਿ ਜਿਵੇਂ ਬੰਦੇ ਦੇ ਪੱਲੇ ਕੁਛ ਨਾ ਰਵੇ ਤਾਂ ਉਹ ਉਹਦਾ ਨੁਕਸਾਨ ਹੋ ਜਾਵੇ ਤਾਂ ਹੱਥ ਤੇ ਹੱਥ ਧਰ ਕੇ ਬੈਠ ਜਾਂਦਾ ਸੋ ਉਹ ਵੀ ਇਹਦਾ ਮੁਹਾਵਰੇ ਦਾ मीनिंग ਉਹ ਵੀ ਹੈਗਾ ਨੈਕਸਟ ਹੈ ਜੀ ਹੱਥ ਵਟਾਉਣਾ ਇਹਦਾ ਭਾਵ ਹੁੰਦਾ ਹੈ ਮਦਦ ਕਰਨੀ ਅਗਲਾ ਹੈ ਜੀ ਹੱਥ ਚੁੱਕਣਾ ਇਹਦਾ ਭਾਵ ਹੁੰਦਾ ਹੈ ਮਾਰਨਾ ਨੈਕਸਟ ਹੈ ਜੀ ਹੱਥ ਦੇ ਧਰਨਾ ਇਹਦਾ ਭਾਵ ਹੁੰਦਾ ਹੈ ਕੁਝ ਦੇਣਾ ਹੁਣ ਦੇਖੋ ਦੋ ਮੁਹਾਵਰੇ ਸੀ ਹੱਥ ਦੇ ਹੱਥ ਧਰਨਾ ਹੱਥ ਤੇ ਧਰਨਾ ਤਾਂ ਦੋਨਾਂ ਦੇ ਡਿਫਰੈਂਸ ਦੇਖ ਲਓ ਕਿੰਨਾ ਜ਼ਿਆਦਾ ਹੈ मीनिंग ਦੇ ਵਿੱਚ ਸੋ ਹੱਥ ਵਾਲੇ ਕਾਫੀ ਸਾਰੇ ਮੁਹਾਵਰੇ ਨੇ ਪਰ ਹਰ ਇੱਕ ਦਾ मीनिंग ਜੋ ਹੈ ਉਹ ਅਲੱਗ-ਅਲੱਗ ਹੈ ਸੋ ਜ਼ਰੂਰ ਧਿਆਨ ਨਾਲ ਵੀਡੀਓ ਦੇਖਿਆ ਕਰੋ ਤੇ मीनिंग ਵਗੈਰਾ ਇਹਨਾਂ ਦੇ ਸੁਣਿਆ ਕਰੋ ਨੈਕਸਟ ਹੈ ਜੀ ਹੱਥ ਤੋਂ ਬੈਠ ਇਹਦਾ ਭਾਵ ਹੁੰਦਾ ਹੈ ਨਿਰਾਸ਼ ਹੋ ਜਾਣਾ ਜਾਂ ਫਿਰ ਕੋਈ ਚੀਜ਼ ਗਵਾ ਦੇਣੀ ਨੈਕਸਟ ਹੈ ਹੱਥ ਪਾਉਣਾ ਇਹਦਾ ਭਾਵ ਹੁੰਦਾ ਹੈ ਕੰਮ ਸ਼ੁਰੂ ਕਰਨਾ ਅਗਲਾ ਹੈ ਜੀ ਹੱਥ ਫੇਰ ਜਾਣਾ ਇਹਦਾ ਮਤਲਬ ਹੁੰਦਾ ਹੈ ਸਭ ਕੁਝ ਲੁੱਟ-ਪੁੱਟ ਕੇ ਲੈ ਜਾਣਾ ਚੋਰੀ ਕਰਨੀ ਇਹਦਾ ਇੱਕ ਹੋਰ ਵੀ ਮੁਹਾਵਰਾ ਹੁੰਦਾ ਹੈ ਉਹਦਾ ਮੁਹਾਵਰਾ ਹੈ ਜਿਹੜਾ ਉਹ ਹੁੰਦਾ ਹੈ ਹੱਥ ਸਾਫ਼ ਕਰਨਾ ਤਾਂ ਉਹਦਾ ਮਤਲਬ ਵੀ ਇਹੀ ਹੁੰਦਾ ਸਭ ਕੁਝ ਲੁੱਟ-ਪੁੱਟ ਕੇ ਲੈ ਜਾਣਾ ਨੈਕਸਟ ਹੈ ਜੀ ਹੱਥ ਮਲਣਾ ਹੱਥ ਮਲਣਾ ਦਾ ਭਾਵ ਹੁੰਦਾ ਹੈ ਪਛਟਾਉਣਾ ਅਗਲਾ ਹੈ ਜੀ ਹੱਥਾਂ ਉੱਤੇ ਪਾਉਣਾ ਤਾਂ ਇਹਦਾ ਮਤਲਬ ਹੁੰਦਾ ਆਪਣੇ ਵੱਸ ਵਿੱਚ ਕਰਨਾ ਨੈਕਸਟ ਹੈ ਹੱਥੀ ਛਾਵਾ ਕਰਨੀਆਂ ਤਾਂ ਇਹਦਾ ਮਤਲਬ ਹੁੰਦਾ ਜੀ ਆਦਰ ਮਾਨ ਕਰਨਾ ਸਨਮਾਨ ਕਰਨਾ ਕਿਸੇ ਦਾ ਬਹੁਤ ਜ਼ਿਆਦਾ ਨੈਕਸਟ ਹੈ ਹੱਥੋਂ ਹੱਥੀ ਲੱਗ ਜਾਣਾ ਤਾਂ ਇਹਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਬਹੁਤ ਛੇਤੀ ਵਿਗ ਜਾਣਾ ਨੈਕਸਟ ਹੈ ਜੀ ਹਰਨ ਹੋ ਜਾਣਾ ਇਹਦਾ ਭਾਵ ਹੁੰਦਾ ਦੌੜ ਜਾਣਾ ਅਗਲਾ ਹੈ ਜੀ ਹਵਾਈਆਂ ਉਡਣੀਆਂ ਤਾਂ ਇਹਦਾ ਮਤਲਬ ਹੁੰਦਾ ਚਿਹਰੇ ਦਾ ਰੰਗ ਫੱਕਾ ਹੋ ਜਾਣਾ ਜਾਂ ਚਿਹਰੇ ਦਾ ਰੰਗ ਫਿੱਕਾ ਪੈਣਾ ਅਗਲਾ ਹੈ ਹਾਜਰੀ ਪਰ ਨੇਤਾ ਜੀ ਇਹਦਾ ਮਤਲਬ ਹੁੰਦਾ ਹੈ ਸੇਵਾ ਵਿੱਚ ਰਹਿਣਾ ਇਹ ਥੋੜੇ ਜਿਹਾ ਬਲਰ ਨੇ ਸੋ ਸੁਣ ਲਿਓ ਧਿਆਨ ਨਾਲ ਅਗਲਾ ਇਹ ਜੀ ਹਾਮੀ ਪਰਨੀ ਹਾਮੀ ਪਰਨੀ ਦਾ ਮਤਲਬ ਹੁੰਦਾ ਹੈ ਕਿਸੇ ਦੀ ਜ਼ਮਾਨਤ ਦੇਣੀ ਜਾਂ ਫਿਰ ਕਿਸੇ ਦੀ ਕੋਈ ਗੱਲ ਮੰਨ ਲੈਣੀ ਨੈਕਸਟ ਇਹ ਜੀ ਹਿੱਕ ਠੋਕਣੀ ਇਹਦਾ ਮਤਲਬ ਹੁੰਦਾ ਹੈ ਵੰਗਾਰਨਾ ਕਿਸੇ ਨੂੰ ਯਾਨ ਲਲਕਾਰਨਾ ਨੈਕਸਟ ਹੈ ਹਿੱਕ ਕੱਢ ਕੇ ਤੁਰਨਾ ਇਹਦਾ ਭਾਵ ਹੁੰਦਾ ਆਕੜ ਨਾਲ ਤੁਰਨਾ ਅਗਲਾ ਹੈ ਜੀ ਹਿੱਕ ਤੇ ਸੱਪ ਲੇਟਣਾ ਤਾਂ ਇਹਦੇ ਤੋਂ ਭਾਵ ਹੁੰਦਾ ਈਰਖਾ ਕਰਨੀ ਨੈਕਸਟ ਹੈ ਜੀ ਹਿੱਕ ਤੇ ਮੂੰਗ ਦਲਣਾ ਇਹਦਾ ਭਾਵ ਹੁੰਦਾ ਬਹੁਤ ਦੁਖੀ ਕਰਨਾ ਨੈਕਸਟ ਹੈ ਜੀ ਹੋਏ ਹੋਏ ਹੋਣੀ ਤਾਂ ਇਹਦਾ ਮਤਲਬ ਹੁੰਦਾ ਬਦਨਾਮੀ ਦਾ ਰੌਲਾ ਪੈਣਾ ਅਗਲਾ ਹੈ ਜੀ ਹੱਕਾ ਬੱਕਾ ਰਹਿ ਜਾਣਾ ਤਾਂ ਇਹਦਾ ਭਾਵ ਹੁੰਦਾ ਹੈ ਹੈਰਾਨ ਰਹਿ ਜਾਣਾ ਨੈਕਸਟ ਹੈ ਹੱਡ ਗੋਡੇ ਰਗੜਨਾ ਇਹਦਾ ਮਤਲਬ ਹੁੰਦਾ ਹੈ ਦੁੱਖ ਭੋਗਣਾ ਨੈਕਸਟ ਹੈ ਜੀ ਹੱਦਾਂ ਬੰਨੇ ਟੱਪ ਜਾਣਾ ਇਹਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਅਤ ਹੋ ਜਾਣਾ ਲਾਈਕ ਬਹੁਤ ਐਕਸੈਸ ਦੇ ਵਿੱਚ ਹੋ ਕਰਨਾ ਨੈਕਸਟ ਹੈ ਹੱਥ ਧੋਕੇ ਮਗਰ ਪੈ ਜਾਣਾ ਇਹਦਾ ਮਤਲਬ ਹੁੰਦਾ ਹੈ ਬਹੁਤ ਤੰਗ ਕਰਨਾ ਇਹ ਹੈ ਜੀ ਹੱਥਾਂ ਤੇ ਤੋਤੇ ਉੱਡ ਜਾਣਾ ਇਹਦਾ ਭਾਵ ਹੁੰਦਾ ਹੈ ਕਬਰ ਆ ਜਾਣਾ ਨੈਕਸਟ ਹੈ ਹੱਥ ਬੰਨੀ ਖੜੇ ਹੋਣਾ ਇਹਦਾ ਮਤਲਬ ਹੁੰਦਾ ਹੈ ਹੁਕਮ ਮੰਨਣ ਲਈ ਤਿਆਰ ਰਹਿਣਾ ਅਗਾ ਜੀ ਹੱਥਾਂ ਤੇ ਸਰੋਜ ਮਾੜੀ ਇਹਦਾ ਮਤਲਬ ਹੁੰਦਾ ਹੈ ਪਰਤੱਖ ਚਮਤਕਾਰ ਵਿਖਾਉਣਾ ਨੈਕਸਟ ਹੈ ਜੀ ਹਥਿਆਰ ਸੁੱਟ ਦੇਣੇ ਇਹਦਾ ਮਤਲਬ ਹੁੰਦਾ ਹੈ ਹਾਰ ਮੰਨ ਲੈਣੀ ਨੈਕਸਟ ਹੈ ਹੱਲਾਸ਼ੇਰੀ ਦੇਣੀ ਇਹਦਾ ਭਾਵ ਹੁੰਦਾ ਹੈ ਹੌਸਲਾ ਦੇਣਾ ਨੈਕਸਟ ਹੈ ਜੀ ਹਾਲ ਤਪਤਲੀ ਹੋ ਜਾਣੀ ਇਹਦਾ ਮਤਲਬ ਹੁੰਦਾ ਹੈ ਆਰਥਿਕ ਮੰਦੀ ਹੋ ਜਾਣੀ ਆਰਥਿਕ ਹਾਲਾਤ ਦਾ ਖਰਾਬ ਹੋ ਜਾਣਾ ਨੈਕਸਟ ਹੈ ਹੱਡ ਹਰਮੀ ਹੋਣੀ ਇਹਦਾ ਮਤਲਬ ਹੁੰਦਾ ਹੈ ਕੰਮ ਚੋਰ ਹੋਣਾ ਨੈਕਸਟ ਹੈ ਜੀ ਹੱਡ ਪੰਨ ਕੇ ਕੰਮ ਕਰਨਾ ਇਹਦਾ ਮਤਲਬ ਹੁੰਦਾ ਹੈ ਹੱਡ ਪੰਨਵੀ ਮਿਹਨਤ ਕਰਨਾ ਜਾਂ ਬਹੁਤ ਸਖਤ ਕੰਮ ਕਰਨਾ ਨੈਕਸਟ ਹੈ ਹੱਡਾਂ ਵਿੱਚ ਪਾਣੀ ਪੀਣਾ ਇਹਦਾ ਮਤਲਬ ਹੁੰਦਾ ਹੈ ਆਲਸੀ ਹੋ ਜਾਣਾ ਨੈਕਸਟ ਹੈ ਜੀ ਹੱਡੀਆਂ ਦੀ ਮੋਟ ਹੋ ਜਾਣਾ ਮੀਨਸ ਬਹੁਤ ਕਮਜ਼ੋਰ ਹੋ ਜਾਣਾ ਸਰੀਰਕ ਤੌਰ ਤੇ ਅਗਲਾ ਹੈ ਜੀ ਹੁੰਝਾ ਫੇਰ ਦੇਣਾ ਭਾਵ ਕੁਝ ਵੀ ਨਾ ਛੱਟਣਾ ਜਿਵੇਂ ਆਪਾਂ ਇਹਦਾ ਇੱਕ ਉੱਪਰ ਕੀਤਾ ਸੀ ਹੱਥ ਸਾਫ਼ ਕਰਨਾ ਤਾਂ ਇਹ ਸਾਰੀ ਸੇਮ ਹੀ ਨੈਕਸਟ ਹੈ ਜੀ ਹੁੰਜਾ ਫਿਰ ਜਿੱਤ ਹੋਣੀ ਹੁਣ ਦੇਖੋ 41 ਤੇ 42 ਦੋਨੋਂ ਸੇਮ ਸੇਮ ਨੇ ਤਾਂ ਇੱਥੇ ਜਿੱਤ ਦੀ ਗੱਲ ਹੋ ਰਹੀ ਹੈ ਇਹਦਾ ਮਤਲਬ ਹੁੰਦਾ ਬਹੁਤ ਵੱਡੇ ਫਰਕ ਦੇ ਨਾਲ ਜਿੱਤਣਾ ਉਹਨੂੰ ਕਹਿੰਦੇ ਨੇ ਨੈਕਸਟ ਹੈ ਜੀ ਹੱਥ ਖੁੱਲਾ ਰੱਖਣਾ ਤਾਂ ਇਹਦਾ ਮਤਲਬ ਹੁੰਦਾ ਖੁੱਲਾ ਖਰਚ ਕਰਨ ਵਾਲੇ ਇਨਸਾਨ ਨੂੰ ਕਹਿੰਦੇ ਨੇ ਹੱਥ ਖੁੱਲਾ ਰੱਖਣਾ ਤੇ ਨੈਕਸਟ ਹੈ ਹੱਥ ੱਡਣੇ ਇਹਦਾ ਭਾਵ ਹੁੰਦਾ ਮੰਗਣਾ ਨੈਕਸਟ ਹੈ ਜੀ ਹੱਥ ਨੂੰ ਹੱਥ ਨਾਲ ੱਿਸਣਾ ਮੀਨਜ਼ ਬਹੁਤ ਹਨੇਰਾ ਹੋਣਾ ਨੈਕਸਟ ਹੈ ਜੀ ਹਵਾਈ ਕਿਲੇ ਉਸਾਰਨੇ ਇਹਦਾ ਮਤਲਬ ਹੁੰਦਾ ਹੈ ਫਰਜੀ ਆਸਾ ਰੱਖਣੀਆ ਹਵਾਈ ਮਹਿਲ ਬਣਾਉਣੇ ਵੀ ਮਹਾਵਰਾ ਹੈਗਾ ਉਹਦਾ ਮਤਲਬ ਵੀ ਸੇਮ ਹੈ ਨੈਕਸਟ ਹੈ ਜੀ ਹੱਥ ਵੱਡ ਕੇ ਦੇਣਾ ਇਹਦਾ ਮਤਲਬ ਹੁੰਦਾ ਹੈ ਲਿਖਤ ਵਿੱਚ ਦੇਣਾ ਨੈਕਸਟ ਹੈ ਹਵਾ ਦੇ ਘੋੜੇ ਸਵਾਰ ਹੋਣਾ ਇਹਦੇ ਵਿੱਚ ਇਹਦਾ ਭਾਵ ਹੁੰਦਾ ਹੈ ਹੈਂਕਰ ਵਿੱਚ ਹੋਣਾ ਜਾਂ ਹੰਕਾਰ ਵਿੱਚ ਹੋਣਾ ਤੇ ਇੱਕ ਇਹਦਾ ਜੀ ਹੋਰ ਮੁਹਾਵਰਾ ਹਵਾ ਨਾਲ ਰਲਣਾ ਜਾਂ ਹਵਾ ਨਾਲ ਗੱਲਾਂ ਕਰਨੀਆਂ ਤਾਂ ਉਹਦਾ ਭਾਵ ਹੁੰਦਾ ਬਹੁਤ ਤੇਜ਼ ਦੌੜਨਾ ਜਾਂ ਬਹੁਤ ਤੇਜ਼ ਹੋਣਾ ਸੋ ਉਹ ਵੀ ਮੁਹਾਵਰਾ ਤੁਸੀਂ ਇੱਕ ਯਾਦ ਰੱਖ ਲਿਓ ਜੀ ਥੋੜੇ ਜਿਹੀ ਹੋਰ ਮੁਹਾਵਰੇ ਇਹਨਾਂ ਦੇ ਕਰ ਲੈਨੇ ਆ ਅਗਲਾ ਮੁਹਾਵਰਾ ਹੱਥ ਰੰਗਣੇ ਇਹਦਾ ਭਾਵ ਹੁੰਦਾ ਬਹੁਤ ਕਮਾਈ ਕਰਨੀ ਨੈਕਸਟ ਹੈ ਹੱਥ ਫੇਰੀ ਕਰਨਾ ਇਹਦਾ ਮਤਲਬ ਹੁੰਦਾ ਚਲਾਕੀ ਕਰਨੀ ਨੈਕਸਟ ਹੈ ਜੀ ਹੱਥ ਵੱਡ ਕੇ ਦੇ ਦੇਣਾ ਇਹ ਆਪਾਂ ਪਿਛਲੀ ਜਵੇ ਕੀਤਾ ਇਹਦਾ ਮਤਲਬ ਹੁੰਦਾ ਲਿਖ ਕੇ ਦੇਣਾ ਜਾਂ ਲਿਖਤੀ ਇਕਰਾਰ ਕਰਨਾ ਕਿਸੇ ਨਾਲ ਨੈਕਸਟ ਹੈ ਜੀ ਹੱਥ ਵਿਖਾਉਣਾ ਇਹਦਾ ਭਾਵ ਹੁੰਦਾ ਜ਼ੋਰ ਵਿਖਾਉਣਾ ਨੈਕਸਟ ਹੈ ਜੀ ਹੌਲਾ ਪੈਣਾ ਇਹਦਾ ਮਤਲਬ ਹੁੰਦਾ ਬੇਸ਼ਤੀ ਹੋ ਜਾਣੀ ਨੈਕਸਟ ਹੈ ਜੀ ਹੱਥ ਮਿਲਾਉਣਾ ਤਾਂ ਇਹਦਾ ਭਾਵ ਹੁੰਦਾ ਕਿਸੇ ਦੇ ਨਾਲ ਇਕਰਾਰ ਕਰਨਾ ਨੈਕਸਟ ਹੈ ਹੁਜਤਾ ਕਰਨੀ ਆ ਇਹਦਾ ਮਤਲਬ ਹੁੰਦਾ ਬਹਾਨੇ ਬਣਾਉਣਾ ਅਗਲਾ ਹੈ ਜੀ ਹਰਲ ਹਰਲ ਕਰਦੇ ਫਿਰਨਾ ਤਾਂ ਇਹਦਾ ਮਤਲਬ ਹੁੰਦਾ ਬੇਮੁਹਾਰੇ ਫਿਰਨਾ ਨੈਕਸਟ ਹੈ ਜੀ ਹਿੱਕ ਉੱਤੇ ਬੈਠਣਾ ਤੇ ਇਹਦਾ ਮਤਲਬ ਹੁੰਦਾ ਹਾਰ ਮਨਾਉਣੀ ਹੈ ਕਿਸੇ ਤੇ ਭਾਰੂ ਹੋ ਜਾਣਾ ਅਗਲਾ ਹੈ ਜੀ ਹੁਲੀਆ ਵਿਗੜ ਜਾਣਾ ਤੇ ਇਹਦਾ ਮਤਲਬ ਹੁੰਦਾ ਕਰੂਪ ਹੋ ਜਾਣਾ ਅਗਲਾ ਹੈ ਹਾਰਡ ਰਖਣੇ ਤਾਂ ਇਹਦਾ ਮਤਲਬ ਹੁੰਦਾ ਹੈ ਜਾਨਮਾਰੀ ਨਾ ਕਰਨਾ ਜਾਂ ਸੋਲ ਰਹਿਣਾ ਮਤਲਬ ਜਿਹੜਾ ਜਿਆਦਾ ਮਿਹਨਤ ਨਾ ਕਰਦਾ ਹੋਵੇ ਬੰਦਾ ਉਹਨੂੰ ਕਿਹਾ ਜਾਂਦਾ ਹੈ ਅਗਲਾ ਹੈ ਜੀ ਹਾੜੇ ਕੱਢਣਾ ਤਾਂ ਹਾੜੇ ਮਿੰਨਤਾਂ ਨੂੰ ਕਿਹਾ ਜਾਂਦਾ ਹੈ ਮਿੰਨਤਾਂ ਕਰਨੀਆਂ ਹਿੱਲ ਨਾ ਸਕਣਾ ਮਤਲਬ ਪੂਰੇ ਵਾਸ ਵਿੱਚ ਹੋਣਾ ਨੈਕਸਟ ਹੈ ਜੀ ਹਿੱਕ ਨਾਲ ਹਿੱਕ ਮਲਾਉਣੀ ਮਤਲਬ ਪਿਆਰ ਕਰਨਾ ਹਿੱਕ ਦਾ ੱੱਕਾ ਕਰਨਾ ਭਾਵ ਜ਼ਬਰਦਸਤੀ ਕਰਨੀ ਹੰਡਰ ਰਗੜਨੇ ਮਤਲਬ ਬਿਮਾਰ ਪਈ ਰਹਿਣਾ ਹੇਠਲੀ ਉੱਤੇ ਆ ਜਾਣੀ ਤੋਂ ਭਾਵ ਹੈ ਉਪਦਰਵ ਵਾਪਰ ਜਾਣਾ ਜਾਂ ਅਣਹੋਣੀ ਗੱਲ ਹੋ ਜਾਣਾ ਜਦੋਂ ਬੰਦਾ ਬਹੁਤ ਜ਼ਿਆਦਾ ਘਬਰਾ ਜਾਂਦਾ ਹੈ ਉਹਨੂੰ ਕਹਿੰਦੇ ਨੇ ਨੈਕਸਟ ਹੈ ਜੀ ਹੱਡ ਗੋਡੇ ਰਹਿ ਜਾਣੇ ਤਾਂ ਉਹਦਾ ਮਤਲਬ ਹੁੰਦਾ ਬੁਢੇਪਾ ਆ ਜਾਣਾ ਜਾਂ ਕਮਜ਼ੋਰੀ ਆ ਜਾਣੀ ਅਗਲਾ ਹੈ ਜੀ ਕਰਨਾ ਤਾਂ ਦਾ ਭਾਵ ਹੁੰਦਾ ਬੇਇੱਜ਼ਤੀ ਕਰਨਾ ਨੈਕਸਟ ਹੈ ਜੀ ਹਿੱਕ ਨਾਲ ਲਾਉਣਾ ਤਾਂ ਇਹਦਾ ਭਾਵ ਹੁੰਦਾ ਪਿਆਰ ਕਰਨਾ ਹੋਲੀਆਂ ਮਨਾਉਣੀਆਂ ਦਾ ਮਤਲਬ ਹੈ ਖੁਸ਼ੀਆਂ ਵਿੱਚ ਰਹਿਣਾ ਅਗਲਾ ਮੁਹਾਵਰਾ ਹੈ ਜੀ ਹਿੱਕ ਨਾਲ ਹਿੱਕ ਪੇੜਨੀ ਮੀਨਜ਼ ਕਿ ਬਹੁਤ ਜ਼ਿਆਦਾ ਇਕੱਠਾ ਹੋਣਾ ਅਗਲਾ ਹੈ ਹੁੱਕਾ ਪਾਣੀ ਛੇਕਣਾ ਤੇ ਇਹਦਾ ਭਾਵ ਹੁੰਦਾ ਹੈ ਭਾਂਡਾ ਤਿਆਗਣਾ ਜਾਂ ਫਿਰ ਬਰਾਦਰੀ ਵਿੱਚੋਂ ਕੱਟ ਦੇਣਾ ਜਿਵੇਂ ਕੁਝ ਲਾਈਕ ਪਿੰਡਾਂ ਦੇ ਵਿੱਚ ਆਮ ਹੀ ਹੁੰਦਾ ਜਿਵੇਂ ਉਚੀਨੀ ਵੀ ਗੱਲ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਤਿਆਗ ਦਿੱਤਾ ਜਾਂਦਾ ਹੈ ਬਰਾਦਰੀ ਦੇ ਵਿੱਚੋਂ ਕੱਟ ਦਿੱਤਾ ਜਾਂਦਾ ਤਾਂ ਉਹਨੂੰ ਕਹਿੰਦੇ ਨੇ ਹੁੱਕਾ ਪਾਣੀ ਛੇਕਣਾ ਨੈਕਸਟ ਹੈ ਜੀ ਹਿੱਕ ਤੇ ਲੂਣ ਪੰਨਣਾ ਤਾਂ ਇਹਦਾ ਭਾਵ ਹੁੰਦਾ ਹੈ ਦੁਖੀ ਕਰਨਾ ਉਸ ਤੋਂ ਬਾਅਦ ਹੈ ਜੀ ਅਗਲਾ ਹੰਡ ਜਾਣਾ ਇਹਦਾ ਭਾਵ ਹੁੰਦਾ ਹੈ ਥੱਕ ਜਾਣਾ ਸੋ ਇਹ ਸੀ ਜੀ ਮੁਹਾਵਰੇ ਆਪਾਂ ਜਿੰਨੇ ਕਹਿੰਤੇ ਆਏਗਾ ਸ 50 60 ਮੁਹਾਵਰੇ ਕਰ ਲਏ ਹੋਣੇ ਆ ਸੋ 9 10 ਮਿੰਟ ਦੇ ਵਿੱਚ ਅਗਰ ਤੁਸੀਂ ਇਹਨੇ ਮੁਹਾਵਰੇ ਕਰ ਲੈਨੇ ਹੋ ਤਾਂ ਆਈ ਹੋਪ ਕਿ ਵੀ ਬਹੁਤ ਥੋੜੇ ਟਾਈਮ ਦੇ ਵਿੱਚ ਆਪਾਂ ਬਹੁਤ ਕੁਝ ਸਿੱਖ ਸਕਦੇ ਆ ਸੋ ਬਾਕੀਆਂ ਨਾਲ ਵੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੈਸੇ ਤਾਂ ਚਲੋ ਸਬਸਕ੍ਰਾਈਬ ਕਰਦੇ ਹੀ ਰਹਿੰਦੇ ਨੇ ਮੈਨੂੰ ਬਹੁਤ ਘੱਟ ਕਹਿਣ ਦੀ ਲੋੜ ਪੈਂਦੀ ਹੈ ਤੇ ਥੈਂਕ ਯੂ ਉਹਦੇ ਲਈ ਬਹੁਤ-ਬਹੁਤ ਤੇ ਬਹੁਤ ਚੰਗੇ-ਚੰਗੇ ਕਮੈਂਟ ਪੜਨ ਨੂੰ ਵੀ ਮਿਲਦੇ ਨੇ ਤੇ ਬਹੁਤ ਖੁਸ਼ੀ ਹੁੰਦੀ ਆ ਉਸ ਚੀਜ਼ ਦੀ ਸੋ ਜੀ ਹੁਣ ਨੈਕਸਟ ਆਪਾਂ ਕਰਾਂਗੇ ਇਹਦਾ ਅਗਲਾ ਪਾਰਟ ਕੱਕੇ ਵਾਲੇ ਜਿੰਨੇ ਵੀ ਮੁਹਾਵਰੇ ਹੋਣਗੇ ਸੋ ਚੈਨਲ ਦੇ ਨਾਲ ਬਨੇ ਰਹੋ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜੋ ਹੈ ਉਹ ਬਿਲਕੁਲ ਨਾਲ ਦੀ ਨਾਲ ਮਿਲ ਜਵੇ ਸੋ ਥੈਂਕ ਯੂ ਜੀ ਥੈਂਕਸ ਫॉर ਵਾਚਿੰਗ